ਹਾਂਜੀ ਸਭ ਤੋਂ ਪਹਿਲਾਂ ਵਿਚਾਰ ਸੁਣ ਲਵੋ ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ ਵਾਰ-ਵਾਰ ਡਿੱਗ ਕੇ ਵੀ ਜ਼ਿਗਰਾ ਨਹੀਂ ਉਟਾਈਦਾ ਡਿੱਗ-ਡਿੱਗ ਜ਼ਿੰਦਗੀ 'ਚ ਸ਼ੇਰ ਬਣਦੇ ਹਾਂਜੀ ਇਸ ਪੈਰੇ ਨੂੰ ਅਸੀਂ 80 ਦੀ ਸਪੀਡ ਤੇ ਡਿਕਟੇਟ ਕਰਾਂਗੇ ਹਾਂਜੀ ਸਟਾਰਟ ਲੋਕ ਕਾਵ ਹਰਮਨ ਪਿਆਰਾ ਸਾਹਿਤ ਹੁੰਦਾ ਹੈ ਡੰਡ ਇਸ ਦਾ ਸਥਾਨ ਲੋਕ ਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ ਡੰਡੀ ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵ ਦੇ ਰੂਪ ਵਿਧਾਨ ਦੀ ਜੁਗਤਤਾ ਪਰੰਪਰਾ ਦੇ ਨਿਜਮਾ ਦਾ ਪਾਲਣਾ ਕਰਦੀ ਹੈ ਪਰ ਇਸ ਦੀ ਸਾਰ ਜੁਗਤ ਸਮੂਹਿਕ ਨਾ ਹੋ ਕੇ ਲੋਕ ਗੀਤ ਲੋਕ ਧਾਰਾ ਦੇ ਇੱਕ ਪਰਪੱਕ ਅਤੇ શ્રેષ્ઠ ਰਚਨਾ ਹੈ ਡੰਡੀ ਲੋਕਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁੱਲਾ ਦੇ ਪਾਲਣਾ ਕਰਦੀ ਹੈ ਡੰਡੀ ਲੋਕ ਸ਼ਬਦ ਦੀ ਵਰਤੋਂ ਕਦੇ ਅਨਪੜ ਅਸભ્યਕ ਲੋਕਾਂ ਦੀ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਨਾ ਬਦਲ ਗਈ ਹੈ ਡੰਡੀ ਲੋਕਧਾਰਾ ਸ਼ਾਸਤਰੀਆਂ ਅਨੁਸਾਰ ਕਿਸੇ ਇੱਕ ਭਾਸ਼ਾ ਨਾਲ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ ਡੰਡ ਇਸ ਦੇ ਅੰਤਰਗਤ ਨਸਲ ਧਰਮ ਜਾਤ ਕਿਤਾ ਆਦ ਨਾਲ ਜੁੜੇ ਸਮੂਹ ਵੀ ਸ਼ਾਮਿਲ ਹੁੰਦੇ ਹਨ ਡੰਡ ਇਹ ਸਮੂਹ ਅਨਪੜ ਵੀ ਹੋ ਸਕਦਾ ਹੈ ਪੜਿਆ ਲਿਖਿਆ ਵੀ ਡੰਡੀ ਇਹ ਪਿੰਡੂ ਵੀ ਹੋ ਸਕਦਾ ਹੈ ਤੇ ਸ਼ਹਿਰੀ ਵੀ ਜਾਂ ਫਿਰ ਇਹ ਭੂਤ ਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ ਡੰਡੀ ਸੁਮੱਚੇ ਤੌਰ ਤੇ ਜਿਵੇਂ ਇੱਕ ਭਾਸ਼ਾ ਨਾਲ ਹਰ ਵਰਗ ਹਰ ਧਰਮ ਜਾਤ ਦੇ ਲੋਕ ਜੁੜੇ ਹੋਏ ਹੁੰਦੇ ਹਨ ਉਸੇ ਤਰ੍ਹਾਂ ਹੀ ਲੋਕ ਧਾਰਾ ਨਾਲ ਵੀ ਇਹ ਸਾਰੇ ਸਮੂਹ ਜੁੜੇ ਹੁੰਦੇ ਹਨ ਡੰਡ ਇਸ ਲਈ ਅਸੀਂ ਲੋਕ ਨੂੰ ਇੱਕ ਪਛਾਈ ਸਮੂਹ ਦਾ ਨਾਮ ਦਿੱਤਾ ਹੈ ਡੰਡ ਇਸ ਸਮੂਹੀ ਆਪਣੀ ਇੱਕ ਪਰੰਪਰਾ ਹੁੰਦੀ ਹੈ ਡੰਡੀ ਪੈਰਾ ਇਸ ਸਮੂਹ ਵੱਲੋਂ ਰਚੀ ਜਾਂਦੀ ਕਵਿਤਾ ਨੂੰ ਹੀ ਲੋਕ ਕਾਵ ਦਾ ਨਾ ਦਿੱਤਾ ਗਿਆ ਹੈ ਡੰਡ ਇਸ ਲੋਕ ਕਾਵ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ ਡੰਡ ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਮੌਖਿਕ ਤੌਰ ਤੇ ਪਹੁੰਚਦਾ ਹੈ ਡੰਡ ਇਸ ਲਈ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਦਿਆ ਬਹੁਤ ਕੁਝ ਗੁੰਮ ਗਵਾਚ ਵੀ ਜਾਂਦੀ ਹੈ ਡੰਡੀ ਇਸ ਲਈ ਅੱਜ ਸਾਨੂੰ ਲੋਕ ਸਾਹਿਤ ਨੂੰ ਲਿਪੀਬੱਧ ਕਰਨ ਦੀ ਜਾਂ ਸੰਭਣ ਦੀ ਲੋੜ ਪੈ ਰਹੀ ਹੈ ਡੰਡੀ ਇਸ ਤਰ੍ਹਾਂ ਤਾਂ ਬਚ ਗਿਆ ਹੈ ਤਾਂ ਜਾਂ ਬਚਾਇਆ ਜਾ ਰਿਹਾ ਹੈ ਪਰੰਤੂ ਸੈਂਕੜੇ ਗੀਤ ਕਹਾਣੀਆਂ ਅਤੇ ਹੋਰ ਦੂਸਰੇ ਸਾਹਿਤ ਰੂਪ ਸਾਡੇ ਕੋਲੋਂ ਖੁੱਸ ਗਏ ਹਨ ਡੰਡੇ ਲੋਕ ਕਾਵਿ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਮਨਾਂ ਵਿੱਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਨ ਕੰਮ ਕਰਦਾ ਹੈ ਡੰਡੇ ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਇਹ ਇੱਕ ਤਰ੍ਹਾਂ ਦੀ ਰਾਹਤ ਦਿੰਦਾ ਹੈ ਡੰਡੇ ਦੂਜੇ ਸ਼ਬਦਾਂ ਵਿੱਚ ਇਹ ਬਾਹਰੀ ਦਬਾਵਾਂ ਨੂੰ ਝੱਲਣ ਦੀ ਹਿੰਮਤ ਪ੍ਰਦਾਨ ਕਰਦਾ ਹੈ ਡੰਡੇ ਹਰੇਕ ਸਮੂਹ ਕੋਲ ਕੋਈ ਨਾ ਕੋਈ ਲੋਕ ਕਾਵ ਦਾ ਇਹ ਸਦਨ ਜ਼ਰੂਰ ਹੁੰਦਾ ਹੈ ਡੰਡੇ ਜਵੇਂ ਪੰਜਾਬੀ ਔਰਤਾ ਕੋਲ ਲੋਕ ਗੀਤਾਂ ਦਾ ਅਥਾ ਖਜ਼ਾਨਾ ਹੈ ਡੰਡੀ ਇਹਨਾਂ ਗੀਤਾਂ ਰਾਹੀਂ ਔਰਤਾ ਮੁਖਾਲ ਉਡਾ ਕੇ ਗੰਭੀਰ ਸੁਰਾਂ ਆਲਾਪ ਕੇ ਅਤੇ ਅਲਾਹਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ ਅਤੇ ਆਪਣੀਆਂ ਅਗਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹਾਂਜੀ ਸਟਾਪ